ਬਹੁਤ ਮਜ਼ਾ ਆਇਆ। ਕਿਹਦਾ ਮੁਰਗਾ ਬਣਿਆ ਅਸੀਂ ਨਹੀਂ ਦੱਸਾਂਗੇ, ਪਰ ਬੜੀ ਜਲਦੀ ਪਤਾ ਲੱਗੇਗਾ ਭੋਟੂ ਭਾਜੀ ਨੇ ਮੇਰੇ ਨਾਲ ਮਿਲ ਕੇ ਕਿਸੇ ਦਾ ਮੁਰਗਾ ਬਣਾਇਆ ਹੈ। ਜ਼ਿਆਦਾ ਜਾਣਕਾਰੀ ਕੇ ਲਈ ਇਸ ਚੈਨਲ ਕੋ ਸਬਸਕ੍ਰਾਈਬ ਕਰੇ। ਤੇ ਬਾਕੀ ਹੁਣ ਤੁਹਾਨੂੰ ਮੁਰਗਾ ਖਾ ਕੇ ਨਹੀਂ ਸੋਰੀ ਸੁਣ ਕੇ ਸਵਾਦ ਆਏਗਾ ਕਿ ਮੁਰਗਾ ਕਿੱਦਾਂ ਦਾ ਬਣਿਆ। ਥੈਂਕ ਯੂ ਜੀ। ਇਹ ਗਾਣਾ ਸੁਣਿਆ ਜੋ ਲਾਸਟ ਵੀਕ ਪਹਿਲੇ ਨੰਬਰ ਤੇ ਸੀਗਾ, ਭੁਪਿੰਦਰ ਦੀ ਆਵਾਜ਼ ਵਿੱਚ ਅਰਜੁਨ ਵੈਲੀ, ਔਰ ਨੰਬਰ 1 ਗਾਣਾ ਹੈ ਹਸ ਹਸ ਦਿਲਜੀਤ ਦੋਸਾਂਝ ਦੀ ਆਵਾਜ਼ ਵਿੱਚ। ਸਾਡੇ ਜਾਣ ਦਾ ਟਾਈਮ ਹੋ ਗਿਆ, ਪਰ ਭੋਟੂ ਸ਼ਾਹ ਜੀ ਗਾਣਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਕੀ ਬਾਤ ਹੈ ਜੀ, ਬਹੁਤ ਅੱਛਾ ਗਾਣਾ ਹੈ ਅਰਜੁਨ ਵੈਲੀ ਨੇ। ਇੱਕ ਮੇਰੇ ਕੋਲ ਇਸ ਤੋਂ ਵੀ ਹਿੱਟ ਗਾਣਾ ਹੈ। ਇਸ ਤੋਂ ਹਿੱਟ ਗਾਣਾ ਬਿਲਕੁਲ, ਪਰ ਹੈ ਇਹੀ ਹੈ। ਕੀ ਹੈ ਉਹ? ਹੈਗਾ ਉਹ ਪੈਗ ਲਾ ਕੇ ਘਰੇ ਆ ਗਿਆ, ਪਰਾਤ ਖਾ ਗਿਆ ਆਟੇ ਦੀ ਸਾਰੀ, ਮਸੜ ਬੈਲੀ ਨੇ ਸਾਡੀ ਭੁੱਖੀ ਮਾਸੀ ਮਾਰੀ, ਮਸੜ ਬੈਲੀ ਨੇ ਸਾਡੀ ਭੁੱਖੀ ਮਾਸੀ ਮਾਰੀ। ਸੁਣਦੇ ਨੂੰ ਮਿਰਚੀ ਟਾਟਾ।